ਰੱਖਣੀ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਵਨਾਂ ਛੁੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਵੀਰ ਤੁਹਾਨੂੰ ਪਤਾ ਇਨਕਲਾਬ ਟੀਵੀ ਦੇ ਜਿਸ ਤਰ੍ਹਾਂ ਰੋਜ਼ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਅਸੀਂ ਫਿਰ ਗੁਰੂ ਘਰ ਸਟੋਕਟਨ ਦੇ ਵਿੱਚ ਇੱਥੇ ਹੈਗੇ ਹਾਂ ਗੱਦਰੀ ਬਾਬਿਆਂ ਦਾ ਇਤਿਹਾਸਕ ਸਥਾਨ ਹੈਗਾ ਹੈ ਜਿੱਥੇ ਤੁਹਾਨੂੰ ਪਤਾ ਕਿ 1947 ਦੇ ਵਿੱਚ ਸੁਣ ਸਿੰਘ ਪਕਣਾ ਕਰਤਾਰ ਸਿੰਘ ਸਰਾਭਾ ਸਰਦਾਰ ਜਵਾਲਾ ਸਿੰਘ ਹੋਰ ਬਹੁਤ ਗੱਦਰੀ ਬਾਬੇ ਜੀ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ 1947 ਤੁਹਾਨੂੰ ਇੱਕ ਆਜ਼ਾਦੀ ਲੈ ਕੇ ਦਿੱਤੀ ਬਟ ਆਜ਼ਾਦੀ ਇੰਡੀਆ ਨੂੰ ਲੈ ਕੇ ਦਿੱਤੀ ਹਿੰਦੁਸਤਾਨੀਆਂ ਨੂੰ ਲੈ ਕੇ ਦਿੱਤੀ ਬਟ ਅਸੀਂ ਫਿਰ ਆਜ਼ਾਦੀ ਤੋਂ ਬਿਨਾਂ ਰਹਿ ਗਏ ਤਾਂ ਹੁਣ ਅੱਜ 75 ਸਾਲ ਹੋ ਗਏ 75 ਸਾਲ ਤੋਂ ਬਾਅਦ ਹੁਣ ਜਿਹੜੇ ਹੈਗੇ ਹਾਂ ਅਸੀਂ ਫਿਰ ਉਹ ਆਜ਼ਾਦੀ ਦੀ ਇੱਕ ਲੜਾਈ ਲੜ ਰਹੇ ਪਰ ਜਿਹੜੀਆਂ ਉਸ ਟਾਈਮ ਅਸੀਂ ਗਲਤੀਆਂ ਕੀਤੀਆਂ ਹੁਣ ਅਸੀਂ ਦੁਬਾਰਾ ਉਹ ਗਲਤੀਆਂ ਨਹੀਂ ਕਰਨੀਆਂ ਚਾਹੁੰਦੇ ਉਹ ਕਾਰਨ ਕੀ ਸੀ ਲੈਕ ਆਫ ਲੀਡਰਸ਼ਿਪ ਸੀ ਬਲਦੇਵ ਸਿੰਘ ਜਾਂ ਉਹਨਾਂ ਉਹ ਲੀਡਰਾਂ ਨੇ ਜੋ ਕੀਤਾ ਸਾਡੇ ਨਾਲ ਉਹ ਤੁਹਾਡੇ ਸਾਹਮਣੇ ਪਤਾ ਹੈਗਾ ਬਟ 75 ਸਾਲ ਤੋਂ ਹੁਣ ਅਸੀਂ ਸਫ਼ਰ ਕਰ ਰਹੇ ਹਾਂ ਸਟੋਕਟਨ ਗੁਰਦੁਆਰਾ 'ਚ ਕੁਛ ਮੇਰੇ ਵੀਰ ਇੱਥੇ ਅੱਜ ਜੁੜੇ ਆ ਕੱਲ੍ਹ ਤੁਹਾਨੂੰ ਪਤਾ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਤਾਂ ਉਹ ਵੋਟਾਂ ਦੇ ਵਿੱਚ ਜਿਹੜੇ ਹੈਗੀਆਂ ਕੁਛ ਵੀਰ ਵੱਖਰੇ ਵੱਖਰੇ ਸਟੇਟਾਂ ਤੋਂ ਆਏ ਆ ਇੰਟਰਨੈਸ਼ਨਲ ਲੈਵਲ ਤੋਂ ਆਏ ਆ ਆਪਾਂ ਸਾਰੇ ਆਪਣੇ ਯੰਗਸਟਰ ਬੈਠੇ ਉਹਨੂੰ ਪੁੱਛਦੇ ਹਾਂ ਕਿੱਥੋਂ ਕਿੱਥੋਂ ਆਇਆ ਹਾਂਜੀ ਵੀਰ ਜੀ ਕੀ ਨਾਮ ਵਿਸ਼ਾਲਦੀਪ ਸਿੰਘ ਨਾਮ ਵਿਸ਼ਾਲਦੀਪ ਜੀ ਕਿੱਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਪੰਜਾਬ ਅੰਮ੍ਰਿਤਸਰ ਪੰਜਾਬ ਤੋਂ ਇੱਥੇ ਕਿੱਥੇ ਜੀ ਕੈਲੀਫੋਰਨੀਆ ਸਟੋਕਟਨ ਕੈਲੀਫੋਰਨੀਆ ਅੱਛਾ ਤੁਸੀਂ ਆ ਜਿਹੜਾ ਵੋਟਾਂ ਸਾਡੀਆਂ ਹੋ ਰਹੀਆਂ ਇਹ ਤੁਹਾਨੂੰ ਕਿੱਦਾਂ ਲੱਗ ਰਿਹਾ ਇਹ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਆਸ ਹੈ ਕੋਈ ਅਸੀਂ ਆਪਣਾ ਵੱਖਰਾ ਖਾਸ ਟਰਮ ਸੈਪਰੇਟ ਸਟੇਟ ਬਣਾ ਲਵਾਂਗੇ ਬਿਲਕੁਲ ਇਹ ਪੀਸਫੁਲ ਪ੍ਰੋਸੈਸ ਹੈਗਾ ਬਹੁਤ ਪੀਸਫੁਲ ਪ੍ਰੋਸੈਸ ਹੈ ਸਾਡਾ ਡੈਮੋਕਰੇਟਿਕ ਜੋ ਤੁਹਾਨੂੰ ਪਤਾ ਕਿ ਡੈਮੋਕਰੇਸੀ ਲੋਕਤੰਤਰ ਤੋਂ ਬਿਲਕੁਲ ਫੇਲ ਹੈਗਾ ਹੈ ਹੈ ਨਾ ਲੋਕਤੰਤਰ ਅਸੀਂ ਲੋਕਤੰਤਰ ਬਹਾਲ ਦੀ ਗੱਲ ਕਰਦੇ ਹਾਂ ਅਸੀਂ ਕਿਸੇ ਨੂੰ ਮਾਰ ਕੁੱਟਣ ਦੀ ਬੰਬ ਚਲਾਉਣ ਦੀ ਗੱਲ ਨਹੀਂ ਕੀਤੀ ਸਿਰ ਵੋਟਾਂ ਦੀ ਗੱਲ ਕਰਦੇ ਥੈਂਕ ਯੂ ਸਿੰਘ ਸਾਹਿਬ ਭਾਈ ਜੋਗਾ ਸਿੰਘ ਜੀ ਵਾਹਿ ਖਾਲਸਾ ਵਾਹਿਗੁਰੂ ਊਧਮ ਸਿੰਘ ਜੀ ਹਾਂਜੀ ਸੋਰੀ ਊਧਮ ਸਿੰਘ ਜੀ ਵੈਲਕਮ ਇਨਕਲਾਬ ਟੀਵੀ ਤੇ ਵੈਲਕਮ ਜੀ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਊਧਮ ਸਿੰਘ ਜੀ ਤੁਸੀਂ ਦੱਸਿਓ ਕਿ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਲੋਕਾਂ ਦਾ ਹੰਗਾਰਾ ਕਿੱਦਾਂ ਵੀਰਾਂ ਦਾ ਹੰਗਾਰਾ ਕਿੱਦਾਂ ਦਾ ਜੀ ਵੋਟਾਂ ਕੱਲ੍ਹ ਪੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਵਾਸੀਆਂ ਨੂੰ ਗੁਰਸਿੱਖਾਂ ਨੂੰ ਸਿੱਖ ਫੈਮਲੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਆਏ ਹਾਂ ਪਿਛਲੇ 10 ਦਿਨਾਂ ਦੇ ਅਤੇ ਕਾਰ ਰੈਲੀਆਂ ਹੋ ਰਹੀਆਂ ਆ ਤਿਆਰੀਆਂ ਹੋ ਰਹੀਆਂ ਗੁਰੂ ਘਰਾਂ ਦੇ ਵਿੱਚ ਸਪੀਚਾਂ ਹੋ ਰਹੀਆਂ ਗੁਰੂ ਘਰਾਂ ਦੇ ਵਿੱਚ ਵੀ ਤਿਆਰੀਆਂ ਹੋ ਰਹੀਆਂ ਸਭ ਚੜ੍ਹਦੀ ਕਲਾ ਹੋ ਰਹੀ ਆ ਕਿਉਂਕਿ ਸਾਨੂੰ ਸਿੱਖਾਂ ਨੂੰ ਇਹ ਹੁਣ ਮਹਿਸੂਸ ਹੋ ਗਿਆ ਆ ਕਿ ਸਾਨੂੰ ਆਜ਼ਾਦੀ ਦੀ ਲੋੜ ਆ 75 ਸਾਲ ਗੁਲਾਮੀ ਇਜ਼ ਟੂ ਲੌਂਗ ਗੁਲਾਮੀ ਅਸੀਂ ਹੁਣ ਇਹ ਹੋਰ ਸਹਿ ਨਹੀਂ ਸਕਦੇ ਇਕੱਲਾ ਮੈਂ ਨਹੀਂ ਇਹ ਗੱਲ ਕਹਿੰਦਾ ਅਸੀਂ ਜਿਨ੍ਹਾਂ ਵੀਰਾਂ ਦੇ ਨਾਲ ਵੀ ਵਿਚਰੇ ਹਾਂ ਮਿਲੇ ਹਾਂ ਗੱਲਬਾਤ ਕੀਤੀ ਆ ਜਾਂ ਕਾਰ ਰੈਲੀਆਂ 'ਤੇ ਆਉਂਦੇ ਆ ਉਹ ਸਾਰੇ ਇਹ ਕਹਿੰਦੇ ਹੁਣ ਸਿੱਖ ਜਿਹੜੇ ਦੁਨੀਆਂ ਦੇ ਸਿੱਖ ਉਹ ਸਾਰੇ ਜਾਗ ਉੱਠੇ ਆ ਉਹਨਾਂ ਨੂੰ ਪਤਾ ਕਿ ਸਾਨੂੰ ਵੱਖਰਾ ਕਰ ਲੈਣਾ ਪਊਗਾ ਨਹੀਂ ਲੈਂਦੇ ਅਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਇਹਨਾਂ ਨੇ ਹੁਣ ਬੇਅਦਬੀਆਂ ਸ਼ੁਰੂ ਕਰ ਦਿੱਤੀਆਂ ਕਰ ਰਹੇ ਆ ਕਾਫੀ ਚਿਰ ਤੋਂ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸਤਿਗੁਰ ਸਭ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉਂ ਹੋਏ ਅਤੇ ਉਹ ਸਭ ਦਾ ਭਲਾ ਮਨਾਉਣ ਵਾਲਾ ਗੁਰੂ ਉਹਦਾ ਕਿਉਂ ਬੁਰਾ ਹੋਏ ਇਸ ਤਰ੍ਹਾਂ ਸਾਨੂੰ ਆਪਣੇ ਦੇਸ਼ ਦੀ ਲੋੜ ਆ ਅਤੇ ਬੜੀ ਚੜ੍ਹਦੀ ਕਲਾ ਹੋ ਰਹੀ ਆ ਜੀ ਕੈਲੀਫੋਰਨੀਆ ਦੇ ਸਿੰਘਾਂ ਦੀ ਪਰਿਵਾਰਾਂ ਦੀ ਬੜੀ ਚੜ੍ਹਦੀ ਕਲਾ ਆ ਜੀ ਹਾਂਜੀ ਸਿੰਘ ਸਾਹਿਬ ਨੇ ਜਿਸ ਤਰ੍ਹਾਂ ਕਲੀਅਰ ਦੱਸਿਆ ਸਲਿਊਸ਼ਨ ਕੀ ਹੈ ਮੇਰੇ ਵੀਰੋ ਐਟ ਪ੍ਰੈਜੈਂਟ ਸਾਡੇ ਸਲਿਊਸ਼ਨ ਕੀ ਹੈ ਸੈਲਫ ਡਿਟਰਮੀਨੇਸ਼ਨ ਖੁਦ ਮੁਖਤਿਆਰੀ ਆਪਣਾ ਖਾਲਸਾ ਰਾਜ ਪਾਰਸ਼ੀਅਲ ਨਹੀਂ ਇੰਟਾਇਰ ਸੈਪਰੇਟ ਸਟੇਟ ਵੱਖਰਾ ਖਾਲਸਾ ਰਾਜ ਸਾਨੂੰ ਚਾਹੀਦਾ ਤਾਂ ਉਹਦੇ ਲਈ ਇੱਕ ਪੀਸਫੁਲ ਪ੍ਰੋਸੈਸ ਹੈ ਮੈਂ ਜਿੱਦਾਂ ਪਹਿਲਾਂ ਗੱਲ ਕਰ ਚੁੱਕਿਆ ਗੋਲੀ ਨਹੀਂ ਚਲਾਉਣੀ ਬੰਬ ਨਹੀਂ ਸੁੱਟਣਾ ਵੋਟ ਪਾਉਣੀ ਆ ਕੱਲ੍ਹ ਸੈਨ ਫਰਾਂਸਿਸਕੋ ਤੁਹਾਨੂੰ ਪਤਾ ਆ ਸਿਵਿਕ ਸੈਂਟਰ ਦੇ ਵਿੱਚ ਲੋਕ ਸਾਰੇ ਇੰਟਰਨੈਸ਼ਨਲ ਲੈਵਲ ਤੋਂ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਬਾਕੀ ਦੇਸ਼ਾਂ ਤੋਂ ਆਸਟ੍ਰੇਲੀਆ ਸਿਡਨੀ ਸਾਰੇ ਲੋਕ ਇੱਥੇ ਆ ਰਹੇ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਬਾਹਰੋਂ ਆ ਰਹੇ ਬਾਕੀ ਅੱਗੇ ਆ ਜਾਓ ਅੱਗੇ ਵੀਰ ਜੁੜੇ ਸਾਡੇ ਨਾਲ ਸਿੰਘ ਸਾਹਿਬ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਨਾਮ ਰਵੀ ਸ਼ੇਰ ਸਿੰਘ ਹਾਂਜੀ ਸਿੰਘ ਸਾਹਿਬ ਤੁਹਾਨੂੰ ਕਿੱਦਾਂ ਲੱਗ ਰਿਹਾ ਇੱਥੇ ਰਿਸਪੌਂਸ ਕਿੱਦਾਂ ਇਹ ਜਿਹੜੀਆਂ ਵੋਟਾਂ ਕੱਲ੍ਹ ਪਈਆਂ ਤਾਂ ਕਿੱਦਾਂ ਰਿਸਪੌਂਸ ਲੱਗ ਰਿਹਾ ਹਾਂਜੀ ਇੱਥੇ ਦਾ ਕੈਲੀਫੋਰਨੀਆ ਦੇ ਵਿੱਚ ਗੁੱਡ ਰਿਸਪੌਂਸ ਹੈ ਜੀ ਹਾਂਜੀ ਜਿੰਨੇ ਵੀ ਆਪਣੀ ਸਿੱਖ ਕਮਿਊਨਿਟੀ ਆ ਜਿੰਨੇ ਵੀ ਪੰਜਾਬੀ ਲੋਕ ਨੇ ਸਾਰੇ ਸਿੱਖ ਉਹ ਪੂਰਾ ਲਾਈਕ ਸਪੋਰਟ ਕਰਦੇ ਨੇ ਇਸ ਵੋਟ ਨੂੰ ਬਿਕੋਜ਼ ਹਰ ਕੋਈ ਚਾਹੁੰਦਾ ਹੈ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਐਂਡ ਹੋਪਫੁਲੀ ਹੈ ਕਿ ਸਾਨੂੰ ਬਹੁਤ ਛੇਤੀ ਆਜ਼ਾਦੀ ਮਿਲੂਗੀ ਜੀ ਹਾਂਜੀ ਸਿੰਘ ਸਾਹਿਬ ਨੂੰ ਜਿਸ ਤਰ੍ਹਾਂ ਕਿ ਆਜ਼ਾਦੀ ਮਿਲੂਗੀ ਮੇਰੇ ਵੀਰੋ ਅਸੀਂ ਦੇਖੋ ਅਸੀਂ ਕਿਸੇ ਦੇ ਵੀ ਅਗੇਂਸਟ ਨਹੀਂ ਹੈ ਅਸੀਂ ਰਿਸਪੈਕਟ ਟੂ ਹਿੰਦੂ ਸਿੱਖ ਕ੍ਰਿਸਚਨ ਮੁਸਲਿਮ ਸਾਰੇ ਰਿਸਪੈਕਟ ਵੀ ਸਟੈਂਡ ਅਗੇਂਸਟ ਦ ਇਨਜਸਟਿਸ ਅਸੀਂ ਸੱਚ ਲਈ ਖੜੇ ਹਾਂ ਜੋ ਗੱਦਰੀ ਬਾਬਿਆਂ ਨੇ ਜੋ 1947 'ਚ ਆਜ਼ਾਦੀ ਲੈ ਕੇ ਦਿੱਤੀ ਆ ਪਰ ਅਸੀਂ ਅਧੂਰੀ ਸਾਡੀ ਆਜ਼ਾਦੀ ਰਹਿ ਗਈ ਆ 75 ਸਾਲ ਅਸੀਂ ਸਬਰ ਕੀਤਾ ਬਟ ਹੁਣ ਅਸੀਂ ਉਹ ਗਲਤੀਆਂ ਨਹੀਂ ਕਰ ਰਹੇ ਮੁੜ ਕੇ ਮੇਰੇ ਵੀ ਹੈਵ ਟੂ ਗੈਟ ਅਲੋਂਗ ਈਚ ਅਦਰ ਅਸੀਂ ਇਕੱਠੇ ਹੋਣਾ ਆ ਯੂਨਾਈਟਡ ਵੀ ਸਟੈਂਡ ਵੈਲਡ ਵੀ ਫਾਲ ਇਕੱਠੇ ਹੋ ਕੇ ਅਸੀਂ ਇਹ ਲੜਾਈ ਜਿਹੜੀ ਹੈਗੀ ਵੋਟਾਂ ਪਾਉਣੀਆਂ ਪੀਸਫੁਲ ਕੁਛ ਨਹੀਂ ਕਰਨਾ ਵੋਟਾਂ ਪਾਉਣੀਆਂ ਜੈਸ ਔਰ ਨੋ ਕਰਨੀ ਆ ਤਾਂ ਇਹ ਇੱਕ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਸਾਰਿਆਂ ਨੂੰ ਵੋਟਾਂ ਪਾਈਆਂ ਮੋਦੀ ਨੂੰ ਵੋਟਾਂ ਪਾਈਆਂ ਅਤੇ ਇਹ ਵੋਟਾਂ ਹੁਣ ਅਸੀਂ ਇੱਥੇ ਹੈ ਸਿੱਖ ਫੋਰ ਜਸਟਿਸ ਜੋ ਇੱਕ ਖਾਲਸਾ ਰਾਜ ਲਈ ਵੋਟਾਂ ਪਾਉਣ ਦੀ ਗੱਲ ਕਰਦੇ ਆ ਜਾਓ ਅੱਗੇ ਆਪਾਂ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਨਵਪ੍ਰੀਤ ਸਿੰਘ ਨਵਪ੍ਰੀਤ ਸਿੰਘ ਜੀ ਕਿੱਦਾਂ ਲੱਗ ਰਿਹਾ ਇੱਥੇ ਕੈਲੀਫੋਰਨੀਆ ਵਿੱਚ ਬਹੁਤ ਵਧੀਆ ਜੀ
ਲੱਗਦਾ ਕਿ ਸਾਡਾ ਆਪਣਾ ਵੱਖਰਾ ਰਾਜ ਹੋਣਾ ਚਾਹੀਦਾ? ਵੱਖਰਾ ਰਾਜ ਹੋਣਾ ਪਈ ਇੱਥੋਂ ਆ ਜਿਹੜਾ ਤਰੀਕਾ ਹੈ ਵੋਟਾਂ ਵਾਲਾ ਪੀਸਫੁਲ ਪ੍ਰੋਸੈਸ, ਇਹ ਤੁਹਾਨੂੰ ਕਿੱਦਾਂ ਲੱਗਾ? ਬਹੁਤ ਵਧੀਆ, ਕਿਸੇ ਕੁਛ ਨਹੀਂ ਕਰਨਾ, ਸ਼ਾਂਤਮਈ ਹੈ, ਕਿਸੇ ਨਾਲ ਗਲਤ ਕੰਮ ਨਹੀਂ ਕਰਨਾ। ਜੋ ਅਸੀਂ ਪਹਿਲਾਂ ਸਫ਼ਰ ਕੀਤਾ ਆ ਤਾਂ ਆਪਣਾ ਗਾਰਡ ਡਾਊਨ ਨਹੀਂ ਕਰਨਾ, ਬਟ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਮੈਂ ਹਰਦੀਪ ਨਿੱਜਰ, ਭਾਈ ਹਰਦੀਪ ਨਿੱਜਰ, ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਜਾਂ ਹੋਰ ਸਾਰੇ ਜਿੰਨੇ ਵੀ ਵਿਦਿਨ